Roxy. Nano. ਕੀ ਨਾਨੋ 5 ਮਿੰਟ ਖੇਡਦੀ ਆ ਫਿਰ ਸੌਂ ਜਾਂਦੀ ਆ ਉੱਥੇ ਸੈਰ ਰੱਖ ਕੇ ਫਿਰ ਖੇਡ ਲੈਂਦੀ ਆ 5 ਮਿੰਟ ਫਿਰ ਸੈਰ ਰੱਖ ਕੇ ਸੌਂ ਜਾਂਦੀ ਆ ਇਹਦਾ ਨਾਂ ਅਸੀਂ ਇੱਦਾਂ ਰੋਕਸੀ ਰੱਖਤਾ ਕਿਉਂਕਿ ਰੋਕਸੀ ਨੂੰ ਬਹੁਤ ਕਮੈਂਟ ਆਏ ਪਰ ਮੈਂ ਇਹਦਾ ਨਾਂ ਰੱਖਣਾ ਚਾਹੁੰਦੀ ਸੀ ਜੁਗਨੀ ਨਾਨੋ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਯਾਨੀ ਕਿ ਸੰਘਾ ਫੈਮਿਲੀ ਵੱਲੋਂ ਹੋਰ ਸਾਰੇ ਵਧੀਆ ਤੰਦਰੁਸਤ ਆ ਚੜ੍ਹਦੀ ਕਲਾ ਆ ਅਤੇ ਸਾਰੇ ਵੀਰਾਂ ਨੇ ਕਣਕ ਚੱਕ ਲਈ ਆ ਗਈ ਘਰੇ ਤੂੜੀ ਤਾੜੀ ਬਣਾ ਲਈ ਹੋ ਗਏ ਵਿਹਲੇ ਅੱਗੇ ਇਹਨਾਂ ਦਿਨ 'ਚ ਮੈਨੂੰ ਵੀ ਟੈਨਸ਼ਨ ਹੁੰਦੀ ਪਰ ਮੈਂ ਉਹ ਟੈਨਸ਼ਨ ਨੂੰ ਕਰਦਾ ਬਹੁਤ ਮਿਸ ਅਤੇ 2000 ਗੱਲਾਂ ਕਰਨੀਆਂ ਹੁਣ ਵੇ ਕਈ ਵੀਰ ਮੈਸੇਜ ਕਰਨਗੇ ਯਾਰ ਤੂੰ ਵੇਚੀ ਚੀਜ਼ਾਂ 2-3 ਰਲਾ ਦਿੰਦਾ ਮੇਰਾ ਮਤਲਬ ਹੁੰਦਾ ਵੀ ਤੁਹਾਨੂੰ ਇੱਕੋ ਹੀ ਟੋਪਿਕ 'ਤੇ ਨਾ ਮੈਂ 10-15 ਮਿੰਟ ਲਾ ਦੇਵਾਂ ਪਹਿਲੀ ਤਾਂ ਗੱਲ ਹੈ ਜਿਹੜਾ ਆਪਾਂ ਡੋਗ ਰੱਖਿਆ ਸੀਗਾ ਅਤੇ ਉਹਦਾ ਆਪਾਂ ਨਾਂ ਰੱਖ ਦਿੱਤਾ ਉਹਦਾ ਨਾਂ ਰੱਖਿਆ ਰੋਕਸੀ ਹੈ ਨਾ ਕਿਉਂਕਿ ਇੰਸਟਾਗ੍ਰਾਮ 'ਤੇ ਵੀ ਵੀਡੀਓ ਪਾਈ ਸੀ ਅਤੇ ਉਹਦੇ ਵਿੱਚ ਉਹਦਾ ਚਾਰ-ਪੰਜ ਸੌ ਦੇ ਲਾਗੇ ਛਾਗੇ ਮੈਸੇਜ ਆਇਆ ਵੀ ਜਿਹੜਾ ਕਹਿੰਦੇ ਰੋਕਸੀ ਉੱਦਾਂ ਹੀ ਰੋਕਸੀ ਤਾਂ ਨਹੀਂ ਰੱਖਣਾ ਵੀ ਪਹਿਲੀ ਜਿਹੜੀ ਸਾਡੀ ਕੁੱਤੀ ਸੀਗੀ ਜਿਹੜਾ ਮਤਲਬ ਡੋਗ ਰੱਖਿਆ ਉਹਦਾ ਨਾਂ ਵੀ ਰੋਕਸੀ ਸੀਗਾ ਅਤੇ ਕਹਿੰਦੇ ਦੁਬਾਰਾ ਰੱਖੀਦਾ ਨਹੀਂ ਜਿਹੜਾ ਇੱਦਾਂ ਉਮਰ ਜ਼ਿਆਦੀ ਹੋਵੇ ਕੁਛ ਇੱਦਾਂ ਹੈ ਨਾ ਇੱਦਾਂ ਹੀ ਪਰ ਹੁਣ ਤੁਹਾਨੂੰ ਅਸੀਂ ਵਾਅਦਾ ਕੀਤਾ ਸੀ ਵੀ ਜਿਹੜਾ ਜ਼ਿਆਦਾ ਮੈਸੇਜ ਆਊਗਾ ਅਤੇ ਉਹ ਹੀ ਨਾਂ ਰੱਖਾਂ ਮੈਂ ਉਹਦਾ ਰੱਖਿਆ ਸੀ ਨਾਂ ਕੁੱਤੀ ਉਹ ਮੈਂ ਜਿਹੜਾ ਨਾਂ ਉਹ ਹੀ ਹੁੰਦਾ ਕੁੱਤੀ ਨੂੰ ਕੁੱਤੀ ਕਹਿਣਾ ਹੁਣ ਬਾਕੀ ਤਾਂ ਬੰਦਿਆਂ ਦੇ ਨਹੀਂ ਨਾਮ ਕਰਨ ਹੋਣ ਡਿਆ ਤਾਂ ਕੁੱਤਿਆਂ ਦੇ ਹੈ ਨਾ ਕੀ ਕਰਨੇ ਆ ਅਤੇ ਨਹੀਂ ਉਹ ਸਹੀ ਆ ਜੋ ਰੱਖ ਹੋ ਗਿਆ ਹੁਣ ਇੱਦਾਂ ਆ ਕਿਉਂਕਿ ਜਿੱਦਾਂ ਆਪਾਂ ਹੁਣ ਉਹਨਾਂ ਨੇ ਕਿਹਾ ਸੀ ਨਹੀਂ ਉਹ ਫਿਰ ਆਪਾਂ ਕਰ ਨਹੀਂ ਸਕਦੇ ਹੈ ਨਾ ਵੀ ਆਪਣਾ ਨਾਂ ਹੁਣ ਜਾਂ ਵਾਅਦਾ ਤਾਂ ਵਾਅਦਾ ਹੁੰਦਾ ਦੂਜਾ ਵਾਅਦਾ ਤਾਂ ਇਹ ਵੀ ਆ ਵੀ ਅੱਜ ਜਿਹੜਾ ਕਮੈਂਟ ਹੁਣ ਪਿਛਲੇ ਹੋਊਗਾ ਨਾ ਜਿਹੜਾ ਆਪਾਂ ਇੱਕ ਹੋਰ ਵਾਅਦਾ ਕੀਤਾ ਸੀ ਵੀ ਜਿਹੜਾ ਸ਼ੇਅਰ ਕਰੂਗਾ ਸ਼ੇਅਰ ਕਰਕੇ ਕਿਸੇ ਨੇ ਨਾਂ ਨਹੀਂ ਲਿਖਿਆ ਭਾਅ ਜੀ ਮੈਂ ਤੁਹਾਡੀ ਭਾਅ ਜੀ ਕੀ ਕਹਿਣਾ ਸੰਘਾ ਸਾਹਿਬ ਕਹਿ ਦਿਓ ਸੰਘਾ ਹੀ ਕਹਿ ਦਿਓ ਸੰਘੇ ਵੀ ਮੈਂ ਤੁਹਾਡੀ ਵੀਡੀਓ ਸ਼ੇਅਰ ਕਰਦੀ ਤਾਂ ਆ ਮੇਰਾ ਨਾਮ ਆ ਪੈਣ ਦਾ ਲਿਖਤੇ ਆ ਤੇ ਆਪਣਾ ਐਡਰੈਸ ਵੀ ਲਿਖਤਾ ਆ ਪਰ ਨਾਲ ਇਹ ਨਹੀਂ ਲਿਖਿਆ ਵੀ ਸ਼ੇਅਰ ਕੀਤੀ ਮੈਂ ਤੁਹਾਡੀ ਵੀਡੀਓ ਹਾਂ ਹੁਣ ਤੋਂ ਅੱਜ ਤੋਂ ਜਿਹੜਾ ਵੀਰ ਸਾਡੀ ਇਹ ਬਲੌਗ ਨੂੰ ਸ਼ੇਅਰ ਕਰਿਆ ਕਰੂ ਉਹਦੀ ਅੱਜ ਤਰੀਕ ਜਿੰਨੀ ਹੋ ਗਈ ਹੈ ਨਾ ਕੱਲ ਤੋਂ ਸਟਾਰਟ ਮਤਲਬ ਅੱਜ ਬਲੌਗ ਪੈ ਗਿਆ ਕੱਲ ਤੋਂ ਸਟਾਰਟ ਹੋ ਜਾਣਾ ਉਹ ਵਿੱਚ ਪਰਚੀ ਪਾ ਦਿਆ ਕਰਨੀ ਆ ਫਿਰ ਮਹੀਨੇ ਬਾਅਦ ਉਹ ਸਾਰੀ ਪਰਚੀਆਂ ਜਿੰਨੀਆਂ ਵੀ ਹੋਈਆਂ ਸਾਰਿਆਂ ਨੂੰ ਲਾ ਕੇ ਅਤੇ ਪਰਚੀ ਚੱਕਣੀ ਵਿੱਚੋਂ ਜਿਹਦਾ ਵੀ ਉਹ ਮਤਲਬ ਪਰਚੀ ਆ ਗਈ ਜੇ ਤਾਂ 100 ਕਿਲੋਮੀਟਰ ਦੇ ਵਿੱਚ ਹੋਇਆ ਫਿਰ ਅਸੀਂ ਜਾਵਾਂਗੇ ਉਹਨਾਂ ਨੂੰ ਮਿਲਣ ਅਤੇ ਉਹਨਾਂ ਦਾ ਖਰਚਾ ਕਰਾ ਕੇ ਆਵਾਂਗੇ ਅਤੇ ਜੇ 100 ਕਿਲੋਮੀਟਰ ਤੋਂ ਦੂਰ ਹੋਇਆ ਫਿਰ ਉਹ ਸਾਡੇ ਕੋਲ ਆਵੇ ਅਤੇ ਸਾਡਾ ਖਰਚਾ ਕਰਾ ਨਹੀਂ ਫਿਰ ਸਾਡੇ ਕੋਲ ਆਉਣ ਅਤੇ ਕੁਛ ਖਾਣ ਪੀਣ ਨੂੰ ਲੈ ਕੇ ਆਉਣ ਫਿਰ ਵੀ ਅਸੀਂ ਉਹਨਾਂ ਦਾ ਖਰਚਾ ਕਰਾਵਾਂਗੇ ਨਹੀਂ ਨਹੀਂ ਉੱਦਾਂ ਨੋਰਮਲ ਕਹਿੰਦਾ ਵੀ ਜੇ 100 ਕਿਲੋਮੀਟਰ ਤੇ ਹੋਏ ਵਿੱਚ ਫਿਰ ਅਸੀਂ ਜਾਵਾਂਗੇ ਅਤੇ ਜੇ 100 ਕਿਲੋਮੀਟਰ ਦੂਰ ਹੋਏ ਫਿਰ ਉਹ ਆਉਣਗੇ ਅਤੇ ਡੇਲੀ ਸ਼ੇਅਰ ਕਰਕੇ ਨਾਲ ਹੀ ਆਪਣਾ ਨਾ ਉਹ ਪਾ ਦਿਆ ਕਰੋ ਨਾਮ ਹੈ ਨਾ ਸ਼ੇਅਰ ਕਰਤਾ ਅਤੇ ਨਾ ਬਸ ਇੱਦਾਂ ਹੀ ਲੈ ਦਿੱਤਾ ਸ਼ੇਅਰ ਕਰਤਾ ਅਤੇ ਨਾਮ ਲੈ ਦਿੱਤਾ ਉਹ ਸਾਰਿਆਂ ਦੀਆਂ ਪਰਚੀਆਂ ਪਾਉਣੀਆਂ ਇਹ ਹੋ ਗਈਆਂ ਹਾਸੇ ਮਜ਼ਾਕ ਵਾਲੀਆਂ ਗੱਲਾਂ ਹੋਰ ਜਿੱਦਾਂ ਮਤਲਬ ਜੋ ਰੂਟੀਨ ਵਾਲੀਆਂ ਗੱਲਾਂ ਹੁੰਦੀਆਂ ਹੁਣ 2 ਮਿੰਟ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਆ ਸੀਰੀਅਸ ਮੁੱਦੇ 'ਤੇ ਭਾਵੇਂ ਚਲੋ ਅਸੀਂ ਸਾਫਾ ਨਹੀਂ ਬੰਨਿਆ
ਤੇ ਪੱਗ ਨਹੀਂ ਬੰਨੀ ਜਿੱਦਾਂ ਮਤਲਬ ਲਾ ਲਓ ਜ਼ਰੂਰੀ ਨਹੀਂ ਹੁੰਦਾ, ਪਰ ਹੈਗੇ ਸਿੱਖ ਪਰਿਵਾਰ 'ਚੋਂ। ਜਿੱਦਾਂ ਜਿੱਦਾਂ ਹੁਣ ਹੋਈ ਜਾਂਦਾ ਤੁਹਾਨੂੰ ਪਤਾ ਸਿੱਖੀ ਬਹੁਤ ਜ਼ਿਆਦਾ ਘਟੀ ਜਾਂਦੀ ਆ, ਇਸ ਲਈ ਤੁਸੀਂ ਇਸ ਵਾਰ ਖਰੂ ਆਪਣੇ ਖਡੂਰ ਸਾਹਿਬ ਤੋਂ ਇਹ ਆਪਣੇ ਦੂਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਖੜ੍ਹੇ ਹੋਏ ਆ, ਹੈ ਨਾ, ਅਤੇ ਜਦੋਂ ਪੇਪਰ ਉਹਨਾਂ ਨੇ ਭਰ ਲਏ ਤਾਂ ਉਹਨਾਂ ਨੂੰ ਨਿਸ਼ਾਨ ਵੀ ਮਿਲ ਜਾਣਾ, ਇਹਦੀ ਦੱਬ ਕੇ ਸਪੋਰਟ ਕਰਨੀ ਮੇਰੇ ਵੀਰਾਂ ਨੇ। ਉਹ ਮੈਂ ਤਾਂ ਕਹਿ ਰਿਹਾ ਦੱਬ ਕੇ ਸਪੋਰਟ ਕਰਨੀ ਆ, ਕਿਉਂਕਿ ਜੇ ਇਸ ਵਾਰ ਵੀ ਆਪਾਂ ਉਹਨਾਂ ਦੀ ਦਬ ਕੇ ਸਪੋਰਟ ਨਹੀਂ ਕੀਤੀ ਫਿਰ ਮੈਨੂੰ ਨਹੀਂ ਲੱਗਦਾ ਵੀ ਆਪਣਾ ਕੋਈ ਦੀਨ ਧਰਮ ਰਹਿ ਗਿਆ। ਹੁਣ ਸਾਰਾ ਕੁਝ ਛੱਡ ਕੇ ਸਾਰੀਆਂ ਪਾਰਟੀਆਂ ਛੱਡ ਲਓ, ਇਸ ਚੋਣ ਨਾਲ ਕਿਸੇ ਨੂੰ ਕੋਈ ਖਾਸ ਫਰਕ ਨਹੀਂ ਪੈਣਾ, ਪਰ ਸਿੱਖੀ ਲਈ ਇਹ ਬਹੁਤ ਹੀ ਇੱਕ ਮਤਲਬ ਮਹੱਤਵਪੂਰਨ ਕੰਮ ਆ। ਕਾਂਗਰਸ ਹੁਣ, ਅਕਾਲੀ ਹੁਣ, ਆਪ ਹੁਣ, ਇਸ ਇੱਕ ਸੀਟ 'ਤੇ ਤੁਸੀਂ ਜ਼ਰੂਰ ਇਕੱਠੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਦਾ ਜ਼ਰੂਰ ਉਹਦਾ ਸਹਿਯੋਗ ਦਿਓ ਤਾਂ ਕਿ ਉਹ ਜੇਲ੍ਹ 'ਚੋਂ ਬਾਹਰ ਆ ਸਕੇ। ਜਿਹੜੇ ਆਪਣੇ ਪਹਿਲੇ ਕੈਦੀ ਆ ਸਾਰੇ ਜੇਲ੍ਹ ਦੇ ਵਿੱਚ, ਜਿਹੜੇ ਸਜ਼ਾਵਾਂ ਭੁਗਤ ਚੁੱਕੇ ਆ ਸਾਡੇ ਸਿੱਖ ਪਰਿਵਾਰ ਦੇ, ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ, ਉਹਨਾਂ ਸਿੰਘਾਂ ਦੀਆਂ, ਬੰਦੀ ਸਿੰਘਾਂ ਦੀਆਂ ਜਿਹੜੇ ਅੰਦਰ ਵਾ, ਅਤੇ ਉਹਨਾਂ ਨੂੰ ਹਜੇ ਤੱਕ ਬਾਹਰ ਨਹੀਂ ਮਿਲਿਆ, ਬਾਹਰ ਨਹੀਂ ਆਏ। ਕਿਉਂ ਨਹੀਂ ਆਏ? ਕਿਉਂਕਿ ਹੁਣ ਸਿਰਫ ਤਾਨਾਸ਼ਾਹੀ ਰਾਜ ਰਹਿ ਗਿਆ, ਕੋਈ ਕਾਨੂੰਨ ਨਹੀਂ ਰਹਿ ਗਿਆ, ਜਿਹਦੀ ਚੱਲਦੀ ਆ ਉਹੀ ਆ। ਅਤੇ ਜੇ ਆਪਾਂ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੇ ਜਿੱਦਾਂ ਨਸ਼ੇ ਛਡਾਊ ਕੇਂਦਰ ਖੋਲ੍ਹਿਆ ਸੀ, ਜੇ ਉਹਨਾਂ ਕੋਲ ਉਸ ਟਾਈਮ ਪਾਵਰ ਹੁੰਦੀ ਤਾਂ ਉਹ ਕੋਈ ਬੰਦ ਨਹੀਂ ਕਰਾ ਸਕਦਾ ਜੀ। ਇਸ ਲਈ ਇਹ ਆਪਾਂ ਚੋਣ ਉਹਨਾਂ ਨੂੰ ਬਾਹਰ ਕੱਢਣ ਲਈ ਅਤੇ ਉਹਨਾਂ ਨੂੰ ਪਾਵਰ ਦੇਣ ਲਈ ਕਰਨੀ ਆ। ਇਹ ਨਾ ਸੋਚੋ ਵੀ ਕਈ ਵੇਲੇ ਹੁੰਦਾ ਵੀ ਜਦੋਂ ਬੰਦੇ ਦੀ ਚੜ੍ਹਾਈ ਹੋਵੇ ਉਦੋਂ ਆਪਾਂ ਕਹਿੰਦੇ ਸਾਡੇ ਪਿੰਡ ਵੀ ਆਵੇ, ਸਾਡੇ ਪਿੰਡ ਵੀ ਆਵੇ, ਮੂਹਰੇ ਮੂਹਰੇ ਉਹ ਫੋਟਾਂ ਵਿੱਚ ਆਉਂਦੇ ਹਾਂ। ਇਹ ਵੀ ਸੋਚੋ ਵੀ ਜੇ ਅੱਜ ਉਹਨਾਂ 'ਤੇ ਭੀੜ ਬਣੀ ਆ, ਉਹਨਾਂ 'ਤੇ ਸੰਕਟ ਆਇਆ, ਤਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੱਢਣਾ ਆ। ਹੁਣ ਵੀ ਉਹਦਾ ਸਾਥ ਦਿਓ, ਖੁੱਲ੍ਹ ਕੇ ਆਓ। ਇਹ ਨਾ ਕਹੋ ਕਰੇ ਵੀ ਅਜੇ ਕਈਆਂ ਦਿਮਾਗ 'ਚ ਟਿਕਟ ਮਿਲਣੀ ਕਿ ਨਹੀਂ ਮਿਲਣੀ, ਸਾਰਾ ਕੁਛ ਹੋ ਜਾਣਾ, ਹੌਂਸਲਾ ਹੀ ਹੁੰਦਾ। ਇੱਕ ਵਾਰੀ ਤੁਰ ਪਓ ਇਕੱਠੇ ਹੋ ਕੇ ਅਤੇ ਦਿਖਾ ਦਿਓ ਵੀ ਹਜੇ ਵੀ ਇਨਸਾਨੀਅਤ ਹੈਗੀ ਆ। ਪਿਛਲੀ ਵਾਰੀ ਤੁਸੀਂ ਬੀਬੀ ਖਾਲੜਾ ਨੂੰ ਹਰਾ ਕੇ ਨਾ ਜੋ ਆਪਣੇ ਮੱਥੇ 'ਤੇ ਕਲੰਕ ਲਾਇਆ ਸੀ, ਉਹ ਤੁਸੀਂ ਇਸ ਵਾਰ ਧੋ ਸਕਦੇ ਆ। ਤੁਹਾਨੂੰ ਇੱਕ ਮੌਕਾ ਮਿਲਿਆ ਆ, ਤੁਸੀਂ ਦਿਲੋਂ ਤੁਰੋ ਅਤੇ ਉਹਨਾਂ ਦੀ ਸਪੋਰਟ ਕਰੋ ਤਾਂ ਜੋ ਜਿੱਤ ਕੇ ਬਾਹਰ ਵੀ ਆਉਣ ਅਤੇ ਸਾਰੇ ਜੋ ਬੰਦੀ ਸਿੰਘ ਆ ਉਹ ਵੀ ਬਾਹਰ ਆਉਣ ਅਤੇ ਪਤਾ ਲੱਗੇ ਵੀ ਖਾਲਸਾ ਵੀ ਹੈਗਾ ਆ, ਸਿੱਖ ਧਰਮ ਵੀ ਹਜੇ ਪੂਰੇ ਜ਼ੋਰਾਂ ਸ਼ੋਰਾਂ 'ਤੇ ਆ। ਇੰਨੀ ਗੱਲ ਕਰਦਿਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।